ਤੁਹਾਡੇ ਹੱਥ ਦੀ ਬਣਾਈ ਹੋਈ ਡੋਰ ਆ, ਪੰਜਾਬ ਤੋਂ ਇਲਾਵਾ ਹੋਰ ਕਿਹੜੇ ਕਿਹੜੇ, ਅੰਮ੍ਰਿਤਸਰ ਤੋਂ ਇਲਾਵਾ ਕਿਹੜੇ ਕਿਹੜੇ ਸ਼ਹਿਰਾਂ ਵਿੱਚ ਜਾਂਦੀ ਹੈ? ਸਾਡੇ ਬਠਿੰਡਿਓਂ ਆਏ ਹੁਣੇ ਗਾਹਕ, ਫਿਰੋਜ਼ਪੁਰੋਂ ਆਏ, ਕੋਈ ਆਉਂਦਾ ਮੈਂ ਲੁਧਿਆਣਿਓਂ ਆਇਆ, ਕੋਈ ਜਲੰਧਰੋਂ ਆਇਆ, ਇਸ ਤਰ੍ਹਾਂ ਦੂਰ ਦੂਰ ਜਾਣ ਡਈ ਆ ਡੋਰ। ਇਹ ਚੈਨਾ ਨੂੰ ਵੀ ਕੱਟੇਗੀ ਡੋਰ, 12 ਤਾਰੀ ਧਾਗਾ ਆ। ਚੈਨਾ ਡੋਰ ਨੇ ਤੁਹਾਨੂੰ ਦੱਸਿਆ ਕੰਮ ਹੀ ਬੰਦ ਕਰ ਛੱਡੇ, ਤੇ ਕੰਮ ਹੀ ਬੰਦ ਹੋ ਗਿਆ। ਲੰਦਾ ਵੀ ਜਦੋਂ ਦਾ ਚੈਨ ਡੋਰ ਮਾਰਕੀਟ 'ਚ ਆਈ ਆ, ਤੁਹਾਡਾ ਕੰਮ ਕਾਰ ਜਿਹੜਾ ਬਿਲਕੁਲ ਠੱਪ ਹੋ ਗਿਆ ਵਾ? ਹਾਂਜੀ, ਬਹੁਤ ਜ਼ਿਆਦਾ ਠੱਪ ਹੋ ਗਿਆ ਸੀ ਤੇ ਭਾਈ, ਰੂਹ ਖੁਸ਼ ਹੋ ਜਾਂਦੀ ਜਦੋਂ ਇਸ ਤਰ੍ਹਾਂ ਦਾ ਪਿੰਨਾ ਵੇਖੀਏ, ਪੁਰਾਣਾ ਬਚਪਨ ਹੀ ਯਾਦ ਆ ਜਾਂਦਾ ਜੀ। ਅੱਜ ਕੱਲ੍ਹ ਤਾਂ ਉਹ ਲੋਕ ਸਿੰਥੈਟਿਕ ਡੋਰ ਜਿਹਨੂੰ ਗੱਟੂ ਬੋਲਦੇ ਉਹ ਯੂਜ਼ ਕਰਦੇ ਆ, ਨੁਕਸਾਨ ਬਹੁਤ ਇਹਨਾਂ ਦਾ। ਅਤੇ ਡੋਰ ਗਲ 'ਚ ਪੈ ਜਾਂਦੀ ਆ, ਕੱਪੜੇ ਕੱਟੇ ਜਾਂਦੇ, ਉਂਗਲਾਂ ਵੱਢੀਆਂ ਜਾਂਦੀਆਂ, ਕਈ ਵਾਰ ਚਾਂਸ ਹੋਏ ਆ, ਕਈ ਵਾਰ ਪੰਛੀ ਵੀ ਮਰ ਜਾਂਦੇ ਨੇ। ਗੱਲਬਾਤ ਕਰਾਂਗੇ ਜਿਹੜੇ ਕਿ ਅੱਡਾ ਲਾਉਂਦੇ ਨੇ ਡੋਰ ਪਿਛਲੇ ਕਈ ਸਾਲਾਂ ਤੋਂ, ਉਹਨਾਂ ਦਾ ਨਾਂ ਰਾਣੀ ਆ, ਰਾਣੀ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿੰਨੀ ਮਿਹਨਤ ਲੋਕ ਕਰਦੇ ਨੇ ਅਤੇ ਆਂਟੀ ਨਾਲ ਗੱਲਬਾਤ ਕਰਦੇ ਹਾਂ। ਆਂਟੀ ਕਿਸ ਤਰ੍ਹਾਂ ਦੇਖਦੇ ਹੋ, ਇੰਨੀ ਮਿਹਨਤ ਕਰਦੇ ਹੋ, ਪਿਛਲੇ ਕਿੰਨੇ ਸਾਲਾਂ ਤੋਂ ਡੋਰ ਲਾਉਣ ਦਾ ਕੰਮ ਕਰਦੇ ਆ ਰਹੇ? 40-50 ਸਾਲ ਹੋ ਗਏ ਜੀ। ਪਹਿਲਾਂ ਸਾਡੇ ਪਾਪਾ ਜੀ ਕਰਦੇ ਸੀ ਕੰਮ, ਰਾੜੀ ਉਹਨੇ ਤੁਹਾਨੂੰ ਦੱਸਿਆ ਆਪਣੇ ਬੱਚਿਆਂ ਨੂੰ ਸਿਖਾਈ ਆ, ਅਤੇ ਹੁਣ ਬੱਚਿਆਂ ਦੇ ਹੁਣ ਨਾਲ ਮੈਂ ਵੀ ਵੱਧ ਗਈ ਹਾਂ, ਅਸੀਂ ਦੋਵੇਂ ਜੀ ਆਪਣੀ ਕਰਨ ਡਏ ਮਿਹਨਤ। ਵੀ ਲੋਹੜੀ ਤੋਂ ਕਿੰਨੇ ਦਿਨ ਪਹਿਲਾਂ ਜਾਂ ਕਿੰਨੇ ਮਹੀਨੇ ਪਹਿਲਾਂ ਤੁਸੀਂ ਡੋਰ ਲਾਉਣਾ ਕੰਮ ਸ਼ੁਰੂ ਕਰ ਦਿੰਦੇ ਹੋ? ਕੰਮ ਤਾਂ ਬਹੁਤ ਚਿਰ ਦਾ ਕੀਤਾ ਜੀ ਇਹਨਾਂ ਨੇ, ਚਲੋ ਦੁਕਾਨਾਂ ਦਾ ਹੀ ਮਾਲ, ਹੁਣ ਆਪਣਾ ਡੈਮ ਬਣਾਉਣਾ। ਤੁਹਾਡੇ ਹੱਥ ਦੀ ਬਣਾਈ ਹੋਈ ਡੋਰ ਆ, ਪੰਜਾਬ ਤੋਂ ਇਲਾਵਾ ਹੋਰ ਕਿਹੜੇ ਕਿਹੜੇ, ਅੰਮ੍ਰਿਤਸਰ ਤੋਂ ਇਲਾਵਾ ਕਿਹੜੇ ਕਿਹੜੇ ਸ਼ਹਿਰਾਂ ਵਿੱਚ ਜਾਂਦੀ ਹੈ? ਸਾਡੇ ਬਠਿੰਡਿਓਂ ਆਏ ਹੁਣੇ ਗਾਹਕ, ਫਿਰੋਜ਼ਪੁਰੋਂ ਆਏ, ਕੋਈ ਆਉਂਦਾ ਮੈਂ ਲੁਧਿਆਣਿਓਂ ਆਇਆ, ਕੋਈ ਜਲੰਧਰੋਂ ਆਇਆ, ਇਸ ਤਰ੍ਹਾਂ ਦੂਰ ਦੂਰ ਜਾਣ ਡਈ ਆ ਡੋਰ। ਮਿਹਨਤ ਕਿੰਨੀ ਕੁ ਲੱਗਦੀ ਆ? ਮੈਨੂੰ ਦੱਸੋ ਵੀ ਆਮ ਡੋਰ ਨਾਲੋਂ ਜਿਵੇਂ ਚਾਈਨਾ ਡੋਰ ਆ, ਇਹਦੀ ਇਸ ਡੋਰ ਵਿੱਚ ਕਿੰਨੀ ਕੁ ਮਿਹਨਤ ਲੱਗਦੀ ਆ? ਇਹ ਤਾਂ ਬਹੁਤ ਅੰਕਲ ਲਾਉਂਦੇ ਜੇ ਤੁਹਾਡਾ, ਕੱਚ ਲੱਗਦਾ ਕਿੰਨਾ ਸਮਾਨ ਹੁੰਦਾ, ਚੱਲੇ ਵੀ ਕੱਚ, ਇਹ ਚਾਈਨਾ ਨੂੰ ਵੀ ਕੱਟੇਗੀ ਡੋਰ, 12 ਤਾਰੀ ਧਾਗਾ ਆ। ਹਾਂ, ਅਸੀਂ ਪਹਿਲੀ ਰਾਤ ਦੇਖਿਆ ਵੀ ਜਿੱਥੇ ਅਸੀਂ ਦੇਖਦੇ ਵੀ ਆਦਮੀ ਡੋਰ ਲਾਉਂਦੇ ਨੇ ਅੱਡਿਆਂ 'ਤੇ, ਪਰ ਤੁਹਾਨੂੰ ਪਹਿਲੀ ਵਾਰ ਦੇਖਿਆ ਵੀ ਤੁਸੀਂ ਇੱਕ ਔਰਤ ਹੋ ਕੇ ਜਿਹੜਾ ਕਿ ਡੋਰ ਲਾ ਰਹੇ ਹੋ, ਚਲੋ ਮਿਹਨਤ ਕਰਨ ਦਾ ਡਰ ਨਹੀਂ ਹੈ, ਮਿਹਨਤ ਕਰਨੀ ਚਾਹੀਦੀ ਆ, ਕਿਸ ਤਰ੍ਹਾਂ ਦੇਖਦੇ ਹੋ ਇਹ ਚੀਜ਼ ਨੂੰ ਲੈ ਕੇ? ਮਿਹਨਤ ਮੈਂ ਤਾਂ ਵੇਖ ਕੇ ਲੱਗ ਪੈਂਦੀ ਹਾਂ, ਮੈਨੂੰ ਤਾਂ ਵੇਖ ਕੇ ਸ਼ੌਂਕ ਆ ਗਿਆ ਮੈਂ ਡੈਪ ਹੀ ਕਰਨ। ਹਾਂ, ਅਤੇ ਡੋਰ ਹੁੰਦੀ ਕਿਸ ਤਰ੍ਹਾਂ ਤਿਆਰ ਹੁੰਦੀ, ਦੱਸ ਦਿਓ ਸਾਡਾ ਕਿਸ ਤਰ੍ਹਾਂ ਡੋਰ ਤਿਆਰ ਹੁੰਦੀ ਆ? ਆਹ ਵੇਖੋ, ਤਾਣੀ ਦੀ ਆਏ ਪਹਿਲਾਂ, ਤਾਣ ਕੇ ਫਿਰ ਇਹਨੂੰ ਰੰਗ ਲਾਓ, ਫਿਰ ਮਾਝਾ ਲਾਈਦਾ, ਫਿਰ ਤਿਆਰ ਹੁੰਦੇ ਆ, ਫਿਰ ਇਹਨੂੰ ਬਲੇਟਦੇ ਆ, ਆਹ ਚਰਖੀਆਂ ਬਣੀਆਂ ਨੇ। ਚਾਈਨਾ ਡੋਰ ਦੇ ਆਉਣ ਦੇ ਨਾਲ ਕਿੰਨਾ ਕੁ ਤੁਹਾਡਾ ਕੰਮ ਕਰ ਦਾ ਫਰਕ ਪੈ ਗਿਆ, ਕਿੰਨੀ ਕੁ ਜਿਹੜੀ ਆ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਵਾ ਚਾਈਨਾ ਡੋਰ ਆਉਣ ਦੇ ਨਾਲ? ਚਾਈਨਾ ਡੋਰ ਨੇ ਤੁਹਾਨੂੰ ਦੱਸਿਆ ਕੰਮ ਹੀ ਬੰਦ ਕਰ ਛੱਡੇ, ਤੇ ਕੰਮ ਹੀ ਬੰਦ ਹੋ ਗਿਆ, ਹੁਣ ਚਾਈਨਾ ਮਹਾਰਾਜਾ ਜੀ ਤਾਂ ਬੰਦ ਹੀ ਹੋ ਜਾਵੇ, ਜਿਸ ਤਰ੍ਹਾਂ ਹੁਣ ਸਖਤਾਈ ਹੋਈ ਨਾ, ਬੰਦ ਹੋਣੀ ਚਾਹੀਦੀ ਚਾਈਨਾ ਡੋਰ। ਕਿਸ ਤਰ੍ਹਾਂ ਦੇਖਦੇ ਅਸੀਂ ਦੇਖਿਆ ਵੀ ਧੁੱਪ ਤਾਂ ਲੱਗ ਨਹੀਂ ਰਹੀ, ਠੰਡ ਦਾ ਮੌਸਮ ਆ, ਫਿਰ ਡੋਰ ਲਾਉਣ ਦਾ ਮੁਸ਼ਕਲ ਨਹੀਂ ਆਉਂਦੀ ਤੁਹਾਨੂੰ? ਮੁਸ਼ਕਲ ਕੱਲ੍ਹ ਦੀ ਬਣੀ ਜੇ, ਅੱਜ ਮਹਾਂ ਸੁੱਕੀ ਆ, ਥੋੜ੍ਹੀ ਧੁੱਪ ਲੱਗੀ ਨਾ, ਅੱਜ ਸੁੱਕ ਗਈ ਆ, ਉਹ ਬਣਾਤੀ ਆ, ਉਹ ਤਿਆਰ ਹੋ ਗਈਆਂ, ਵੇਖੋ ਚਰਖੀਆਂ ਤਿਆਰ ਹੋ ਗਈਆਂ। ਕਿੰਨੇ ਕਿੰਨੇ ਗੋੜੀ ਚਰਖੀ ਤਿਆਰ ਆ? 8 ਗੋੜ ਦੀ ਹੁੰਦੀ ਜੇ ਆ, 4 ਦੀ ਆ, 2 ਦੀ ਆ, ਕੋਈ ਗਾਹਕ ਲੈ ਜਾਂਦਾ 8 ਗੋੜ ਦੀ ਖੜਦਾ, ਕੋਈ 7 ਦੀ, 4 ਦੀ ਲਈ ਜਾਂਦਾ। ਤੇ ਮੈਨੂੰ ਦੱਸੋ ਵੀ ਡੋਰ ਲਾਉਣ ਵਾਸਤੇ ਕਿੰਨੇ ਕੁ ਵਿੱਚ ਤਿਆਰ ਕੀ ਪਾਉਣਾ ਹੁੰਦਾ, ਮਾਝੇ ਦੇ ਨਾਲ ਹੋਰ ਕੀ ਪਾਉਣਾ ਪੈਂਦਾ ਜਿਹੜੀ ਕਿ ਡੋਰ ਵਧੀਆ ਲੱਗ ਸਕੇ? ਜਾਣਾ ਵਧੀਆ, ਕੋਈ ਆਂਡੇ ਆ ਵੀ ਪਵਾਉਂਦੇ ਆ, ਕੋਈ ਉਹ ਜਿਹਨੂੰ ਕੁਵਾਰ ਗੰਦਲ ਕਹਿੰਦੇ ਆ ਉਹ ਪਾਉਂਦੇ ਆ, ਕੱਚ ਪਾਉਂਦੇ ਆ, ਲੇਵੀਆਂ ਲੱਗਦੀਆਂ ਵਿੱਚ, ਫਿਰ ਡੋਰ ਵਧੀਆ ਲੱਗਦੀ ਆ। ਹਾਂਜੀ।
ਤੇ ਮੈਨੂੰ ਦੱਸੋ ਵੀ ਅਸੀਂ ਦੇਖਿਆ ਵੀ ਅੱਡੇ ਉੱਤੇ ਬਹੁਤੇ ਜਣੇ ਨਹੀਂ ਆ, ਅਸੀਂ ਤੁਹਾਡੇ ਪਤੀ ਆ ਜਾਂ ਤੁਸੀਂ ਕੰਮ ਕਰਦੇ ਹੋ, ਕਿੰਨੇ ਕੁ ਲੋਕ ਕੰਮ ਕਰਦੇ ਹੁੰਦੇ ਸੀ ਕਿਸੇ ਟਾਈਮ ਦੇ? ਸਾਡੇ ਸਾਡਾ ਬੇਟਾ ਕਰਦੇ ਨਾਲ, ਉਹ ਵੰਡ ਗਿਆ ਹੁਣ ਆਹ ਵੱਡਾ ਆ ਕੇ ਲੱਗਾ ਜੇ। ਹਾਂ, ਕੀ ਲੱਗਦਾ ਵੀ ਜਦੋਂ ਦਾ ਚੈਂਡ ਹੋਲ ਮਾਰਕੀਟ ਚ ਆਈ ਆ ਤੁਹਾਡਾ ਕੰਮ ਕਾਰ ਜਿਹੜਾ ਬਿਲਕੁਲ ਠੱਪ ਹੋ ਗਿਆ ਵਾ? ਹਾਂਜੀ, ਬਹੁਤ ਜ਼ਿਆਦਾ ਠੱਪ ਹੋ ਗਿਆ ਸੀ। ਅਤੇ ਅੰਕਲ ਤਾਂ ਮਿਹਨਤ ਲੱਗ ਪਈ, ਕੋਈ ਕਿਤੇ ਕਰਦੇ ਸੀ, ਕੋਈ ਕਿਤੇ ਕਰਦੇ ਸੀ ਮਿਹਨਤ। ਆਹ ਹੁਣ ਸ਼ੁਕਰ ਆ, ਹੁਣ ਚਲੋ ਮਹਾਰਾਜ ਚੱਲੇ ਕੰਮ, ਚੈਨਾ ਬਿਲਕੁਲ ਬੰਦ ਹੋਣੀ ਚਾਹੀਦੀ ਆ। ਜਾਨ ਲੈਵਾ ਆ ਗਲੇ 'ਚ ਫਿਰਦੀ ਆ, ਕੀ ਨੁਕਸਾਨ, ਜਾਨਵਰ ਉਹ ਉੱਥੇ ਲਟਕੇ ਰਹਿ ਜਾਂਦੇ ਆ। ਹੈਂ, ਚੈਨਾ ਬੰਦ ਹੋਣੀ ਚਾਹੀਦੀ ਬਸ। ਮੈਨੂੰ ਦੱਸੋ ਵੀ ਪੰਜਾਬ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਜਾ ਕੇ ਤੁਸੀਂ ਕੰਮ ਕਰਦੇ ਹੋ ਡੋਰ ਲਾਉਣ ਦਾ? ਹੋਰ ਸਾਡੀ ਜੰਮੂ ਬਹੁਤ ਜਾਣਾ ਸੀ ਅਤੇ ਜਾਈਦਾ ਸੀ, ਉੱਥੇ 2-3 ਮਹੀਨੇ ਲੱਗਦੇ ਆ। ਉੱਥੇ ਜਾਈਦਾ ਹਾੜ ਸਾਉਣ ਦੇ ਵਿੱਚ 2-3 ਮਹੀਨੇ ਲਾ ਕੇ, ਉੱਧਰ ਬਹੁਤ ਸਾਡਾ ਕੰਮ ਆ, ਉੱਧਰ ਵੀ ਸਾਡਾ ਬੰਦ ਹੋ ਗਿਆ। ਹਾਂ, ਕਾਰੀਗਰ ਫਿਰ ਕਿਹੜੇ ਕਿਹੜੇ ਖੜਦੇ ਹੁੰਦੇ ਸੀ, ਕਿੰਨੇ ਕੁ ਕਾਰੀਗਰ ਲੈ ਜਾਂਦੇ? ਕਾਰੀਗਰ ਇਕੱਲੇ ਖੜੀਦੇ, 5-6 ਖੜੀਦੇ ਆ। ਸਾਡਾ ਆਪਣਾ ਪਰਿਵਾਰ ਹੁੰਦਾ ਜਾਂ ਬੱਚੇ ਹੁੰਦੇ ਨਾਲ, 5-6 ਰੱਖੇ ਨਾਲ ਮੁੰਡੇ ਕੰਮ ਕਰਨ ਵਾਸਤੇ। ਪਰਿਵਾਰ ਦੀ ਗੱਲ ਕਰੀਏ, ਕਿੰਨੀ ਪੀੜ੍ਹੀ ਜਿਹੜੀ ਹੈ ਕਿ ਡੋਲੋ ਦਾ ਕੰਮ ਕਰਦੀ ਆ ਰਹੀ ਹੈ? ਆਹ ਗਾੜੀ ਸਾਡੇ ਹੁਣ ਸਹੁਰਾ ਸਾਹਿਬ ਤਾਂ ਪੂਰੇ ਹੋ ਗਏ ਨਾ, ਸਵਰਨ ਸਿੰਘ ਦਾ ਨਾਂ 'ਤੇ ਅੱਡਿਆ ਪਹਿਲਾਂ ਉਹਦੇ ਚੱਲਦਾ ਸੀ, ਹੁਣ ਬਚਨ ਸਿੰਘ ਆ, ਛੋਟੇ ਉਹਦੇ ਭਰਾ ਆ, ਉਹਦਾ ਗਾੜੀ ਲੱਗਾ ਅੱਡਾ। ਹਾਂਜੀ, ਬੱਚੇ ਵੀ ਤੁਹਾਡੇ ਕੰਮ ਕਰਦੇ ਨੇ? ਬੱਚੇ ਵੀ ਸਾਡੇ ਇਹੋ ਕੰਮ ਹੀ, ਥੋੜ੍ਹਾ ਥੋੜ੍ਹਾ ਪੜ੍ਹ ਕੇ ਤਾਂ ਉਹਨਾਂ ਵੀ ਇਹੋ ਹੀ ਡੋਰ ਦਾ ਹੀ ਕੰਮ ਸਿੱਖਿਆ। ਹਾਂਜੀ, ਮੈਨੂੰ ਦੱਸੋ ਵੀ ਜਿਵੇਂ ਚਾਈਨਾ ਡੋਰ ਮਾਰਕੀਟ 'ਚ ਆ ਗਈ ਆ, ਉਸ ਤੋਂ ਬਾਅਦ ਜਿਵੇਂ ਲੋਹੜੀ ਦਾ ਤਿਉਹਾਰ ਹੁੰਦਾ, ਅਤੇ ਲੋਹੜੀ ਤੋਂ ਬਾਅਦ ਫਿਰ ਬਾਕੀ ਦਿਨਾਂ ਬਾਅਦ ਬਾਕੀ ਜਿਹੜੇ ਮਹੀਨੇ ਨੇ ਉਹ 'ਚ ਕੀ ਕੰਮ ਕਰਦੇ ਹੋ, ਹੋਰ ਕੰਮ ਕਰਦੇ ਹੋ ਜਾਂ ਡੋਰ ਲਾਉਣ ਦਾ ਕੰਮ ਕਰਦੇ ਹੋ? ਨਹੀਂ, ਇਸ ਤਰ੍ਹਾਂ ਹੀ ਜੇ ਇਹੋ ਹੀ ਹੋਵੇਗਾ, ਡੋਰ ਦਾ ਹੀ ਹੋਊ ਕੰਮ, ਦੁਕਾਨਾਂ ਦਾ ਹੁੰਦਾ ਮਾਲ, ਫਿਰ ਫਿਰ ਇਹ ਇੱਥੇ ਮਾਰਕੀਟ ਜਾਂਦਾ ਹੋਣਾ, ਅੰਕਲ ਜਾਂਦਾ ਜੇ ਲੈ ਕੇ। ਹਾਂਜੀ ਬੇਟਾ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਇਹ ਜਿਹੜੀ ਆਂਟੀ ਜੀ ਨੇ, ਇਹਨਾਂ ਦਾ ਰਾਣੀ ਆ, ਅਤੇ ਪਿਛਲੇ ਕਈ ਸਾਲਾਂ ਤੋਂ ਡੋਰ ਲਾਉਣ ਦਾ ਕੰਮ ਕਰਦੇ ਆ ਰਹੇ ਨੇ। ਇਹਨਾਂ ਦੀ ਹੱਥ ਦੀ ਬਣਾਈ ਹੋਈ ਡੋਰ ਜਿਹੜੀ ਦੇਸ਼ਾਂ ਵਿਦੇਸ਼ਾਂ ਜਾਂਦੀ ਆ, ਖਾਸ ਕਰਕੇ ਪੰਜਾਬ ਦੇ ਵੱਖ ਵੱਖ ਕੋਨਿਆਂ ਜਿਹੜੇ ਕਿ ਸ਼ਹਿਰ ਨੇ ਉੱਥੇ ਜਿਹੜੀ ਜਾਂਦੀ ਆ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਵੀ ਉਹਨਾਂ ਵੱਲੋਂ ਸਰੱਖੜੀ ਤਿਆਰ ਕੀਤੀ ਗਈ ਆ, ਅਤੇ ਨਾਲ ਹੀ ਜਿਹੜੀ ਕਿ ਡੋਰਾਂ ਦੇ ਪਿੰਨੇ ਜਿਹੜੇ ਕਿ ਤਿਆਰ ਕੀਤੇ ਗਏ ਨੇ। ਹੁਣ ਅਸੀਂ ਗੱਲਬਾਤ ਕਰਾਂਗੇ ਸਰਦਾਰ ਜੀ ਨਾਲ, ਜਿਹੜੇ ਕਿ ਸਰਦਾਰ ਜੀ ਸਪੈਸ਼ਲ ਕਾਲੀ ਚਰਖੜੀ ਲੈ ਕੇ ਆਏ ਨੇ ਹੁਣ ਆਪਣੇ ਬੱਚਿਆਂ ਵਾਸਤੇ। ਭਾਅ ਜੀ, ਕਿਸ ਤਰ੍ਹਾਂ ਦੇਖਦੇ ਹੋ ਡੋਰ ਲੈਣ ਵਾਸਤੇ ਆਏ ਹੋ? ਭਾਅ ਜੀ, ਰੂਹ ਖੁਸ਼ ਹੋ ਜਾਂਦੀ ਜਦੋਂ ਇਸ ਤਰ੍ਹਾਂ ਦਾ ਪਿੰਨਾ ਵੇਖੀਏ, ਪੁਰਾਣਾ ਬਚਪਨ ਹੀ ਯਾਦ ਆ ਜਾਂਦਾ ਜੀ। ਅੱਜ ਕੱਲ੍ਹ ਤਾਂ ਉਹ ਲੋਕ ਸਿੰਥੈਟਿਕ ਡੋਰ ਜਿਹਨੂੰ ਗੱਟੂ ਬੋਲਦੇ ਉਹ ਯੂਜ਼ ਕਰਦੇ ਆ, ਨੁਕਸਾਨ ਬਹੁਤ ਇਹਨਾਂ ਦਾ। ਮੇਰੀ ਸਾਹਮਣੇ ਦੁਕਾਨ ਆ, ਦੇਖਦੇ ਕਈ ਵਾਰ ਹਾਈਵੇ 'ਤੇ ਕੋਈ ਘਰ ਨੂੰ ਜਾ ਰਿਹਾ ਹੁੰਦਾ ਜਾਂ ਜਿਸ ਤਰ੍ਹਾਂ ਵੀ ਆ, ਅਤੇ ਡੋਰ ਗਲ 'ਚ ਪੈ ਜਾਂਦੀ ਆ, ਕੱਪੜੇ ਕੱਟੇ ਨੇ, ਉਂਗਲਾਂ ਵੱਢੀਆਂ ਜਾਂਦੀਆਂ, ਕਈ ਵਾਰ ਚਾਂਸ ਹੋਏ ਆ, ਕਈ ਵਾਰ ਪੰਛੀ ਵੀ ਮਰ ਜਾਂਦੇ ਨੇ। ਚੀਜ਼ ਨੂੰ ਸਰਕਾਰ ਦੀ ਸਖਤਾਈ ਦੇ ਬਾਵਜੂਦ ਵੀ ਲੋਕ ਵਰਤੀ ਜਾਂਦੇ ਆ। ਕਿੱਦਾਂ ਦੇਖਦੇ ਹੋ? ਅਸੀਂ ਦੇਖਦੇ ਜ਼ਿਆਦਾਤਰ, ਮੈਂ ਜਿਵੇਂ ਗੱਲ ਕੀਤੀ ਵੀ ਪਿਛਲੇ ਕਈ ਸਾਲਾਂ ਤੋਂ ਅਸੀਂ ਡੋਰ ਜਾਂਦੇ ਆ, ਇੰਟਰਵਿਊ ਕਰਦੇ ਆਉਂਦੇ ਜਿਹੜੇ ਅੱਡੇ ਤਿਆਰ ਕਰਦੇ, ਅਸੀਂ ਦੇਖਿਆ ਭਾਈ ਪਹਿਲੀ ਵਾਰੀ ਜਿਹੜੀ ਕਿ ਅੱਜ ਆਂਟੀ ਜੀ ਖੁਦ ਡੋਰ ਲਾ ਰਹੇ ਸੀ, ਅਤੇ ਕਿਸ ਤਰ੍ਹਾਂ ਦੇਖਦੇ ਹੋ, ਕਿੰਨਾ ਚੰਗਾ ਲੱਗਦਾ? ਅਤੇ ਇਹਨਾਂ ਹੱਥ ਦੀ ਬਣਾਈ ਹੋਈ, ਕਹਿੰਦੇ ਡੋਰ ਬਹੁਤ ਮਸ਼ਹੂਰ ਆ, ਬੜੇ ਵਧੀਆ ਤਰੀਕੇ ਨਾਲ ਡੋਰ ਲਾਉਂਦੇ ਨੇ। ਹਾਂਜੀ, ਇਹਨਾਂ ਦੇ ਜਿਹੜੇ ਸਹੁਰਾ ਸਾਹਿਬ ਸਰਦਾਰ ਸਰਨ ਸਿੰਘ, ਪਹਿਲੇ ਆਪਣਾ ਪੈਟਰੋਲ ਪੰਪ ਦੇ ਲਾਗੇ ਅੱਡਾ ਲਗਾਉਂਦੇ ਰਹੇ ਆ। ਬਚਨ ਸਿੰਘ ਇਹਨਾਂ ਦੇ ਹਾਊਸ ਮਤਲਬ ਕਿ ਇਹਨਾਂ ਦੇ ਹਸਬੈਂਡ ਹੈਗੇ ਆ, ਉਹ ਵੀ ਕਾਫੀ ਟਾਈਮ ਮਿਹਨਤ ਕਰਦੇ ਰਹੇ, ਇਹਨਾਂ ਦੇ ਪਰਿਵਾਰ ਦੇ ਸਾਰੇ ਜੀ ਜਿੰਨੇ ਵੀ ਆ, ਸਾਨੂੰ ਇੰਨਾ ਪਤਾ ਕਿ ਅੱਜ ਦੇ ਦਿਨਾਂ ਦੇ ਵਿੱਚ ਕਿਸੇ ਦੀ ਵਾਰੀ ਨਹੀਂ ਆਉਂਦੀ ਸੀ, ਦੋ ਦੋ ਤਿੰਨ ਤਿੰਨ ਦਿਨ ਮਤਲਬ ਕਿ ਵੇਟ ਕਰਨੀ ਪੈਂਦੀ, ਫਿਰ ਜਾ ਕੇ ਤਾਂ ਡੋਰ ਲੱਗਦੀ ਹੁੰਦੀ ਸੀ। ਅਸੀਂ ਇੱਕ ਇੱਕ ਡੱਬਾ ਲੈ ਕੇ ਦੋ ਦੋ ਦਿਨ ਵੇਟ ਕਰਨੀ, ਫਿਰ ਜਾ ਕੇ ਡੋਰ ਲੱਗਣੀ। ਅਤੇ ਬੱਚਿਆਂ ਕੋਲ ਮੈਨੂੰ ਦੱਸੋ ਵੀ ਬੱਚਿਆਂ ਨੇ ਕਦੀ ਤੁਹਾਡੇ ਨਾਲ ਮੰਗ ਨਹੀਂ ਕੀਤੀ ਵੀ ਪਾਪਾ ਅਸੀਂ ਡੋਰ ਨਹੀਂ ਲੈਣੀ, ਸਾਨੂੰ ਚਾਈਨਾ ਡੋਰ ਲੈ ਕੇ ਦਿਓ, ਜਿੰਨਾ ਗੁੱਡੀ ਵੱਢੀ ਜਾਂਦੀ ਹੈ ਇਹਨਾਂ ਗੁੱਡੀਆਂ ਦੇ ਆਪਣੀ ਬੋਝ ਹੈਗੀ? ਕੀ ਕਹਿ ਸਕਦੇ ਹੁਣ, ਬੱਚਿਆਂ ਨੇ ਕਦੀ ਆਹ ਚੀਜ਼ ਦੇਖੀ ਨਹੀਂ, ਬੱਚਿਆਂ ਨੇ ਚੀਜ਼ ਦੇਖੀ ਨਹੀਂ। ਘੱਟ ਤੋਂ ਘੱਟ ਗੱਟੂ ਆਏ ਨੂੰ ਵੀ 13-14 ਸਾਲ ਦੇ ਕਰੀਬ ਹੋ ਚੁੱਕੇ ਨੇ। ਜਿਹੜੀ ਜਿਹੜੇ ਪੁਰਾਣੇ ਆ, ਜਿਸ ਤਰ੍ਹਾਂ ਬਜ਼ੁਰਗ ਆ, ਜੋ ਮਤਲਬ ਕਿ ਬਹੁਤ ਸ਼ੌਕੀਨ ਸੀਗੇ ਧਾਗੇ ਵਾਲੀ ਡੋਰ ਦੇ,
ਉਹ ਵੀ ਇਸ ਵੇਲੇ ਉਹ ਛੱਡ ਚੁੱਕੇ, ਮਤਲਬ ਕਿ ਮਜ਼ਾ ਹੀ ਖਤਮ ਹੋ ਚੁੱਕਾ ਆ। ਅਤੇ ਤੁਸੀਂ ਆਮ ਮੇਲਿਆਂ 'ਚ ਵੀ ਵੇਖਦੇ ਹੁੰਦੇ ਕਿ ਪੁਰਾਣੇ ਮੇਲਿਆਂ ਦੇ ਵਿੱਚ ਜਿਸ ਤਰ੍ਹਾਂ ਬੱਲੇ ਦਾ ਮੇਲਾ ਗਿਆ, ਬਸੰਤ ਦਾ ਗਿਆ, ਹਰ ਇੱਕ ਦੇ ਹੱਥ ਦੇ ਵਿੱਚ ਬਾਂਸਰ ਨੇ ਮਤਲਬ ਕਿ ਪਿੰਨੇ ਹੁੰਦੇ ਸੀਗੇ। ਅੰਮ੍ਰਿਤਸਰ ਦੀ ਜਿਹੜੀ ਪਤੰਗਬਾਜ਼ੀ ਬਹੁਤ ਮਸ਼ਹੂਰ ਹੈ ਅੰਮ੍ਰਿਤਸਰ ਦੀ। ਹਾਂਜੀ ਹਾਂਜੀ, ਬਹੁਤ ਮਸ਼ਹੂਰ ਹੈ ਜੀ, ਬਹੁਤ ਮਸ਼ਹੂਰ। ਇੱਥੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਮਤਲਬ ਕਿ ਇਸ ਚੀਜ਼ ਦਾ ਮਤਲਬ ਕਿ ਬਹੁਤ ਸ਼ੌਂਕ ਦੇ ਨਾਲ ਆਪਣਾ ਇੰਜੋਏ ਕਰਦਾ। ਹਾਂਜੀ, ਦਰਸ਼ਕਾਂ ਨੂੰ ਕੀ ਕਹਿਣਾ ਚਾਹੋ, ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਦੇਸ਼ਾਂ ਦੇ ਸਨ, ਕੀ ਅਪੀਲ ਕੀ ਕਰਨਾ ਚਾਹੋ? ਹਾਂਜੀ, ਇਹ ਆਪਾਂ ਇਹ ਅਪੀਲ ਕਰਨਾ ਚਾਹੁੰਦੇ, ਜਿਹੜੇ ਆਪਣੇ ਪੁਰਾਣੇ ਆਪਣੇ ਜੋ ਵੀ ਨਿੱਜੀ ਕਾਰੋਬਾਰ ਆ, ਇਹਨਾਂ ਇਹ ਬੰਦ ਨਾ ਹੋਣ, ਅਤੇ ਜਿਸ ਤਰ੍ਹਾਂ ਸਿੰਥੈਟਿਕ ਡੋਰ ਆਪਣੀ ਪਲਾਸਟਿਕ ਦੀ ਹੁੰਦੀ, ਇਹਦਾ ਬਾਈਕਾਟ ਕੀਤਾ ਜਾਵੇ, ਤਾਂ ਜੋ ਇਹਦੇ ਨਾਲ ਮਤਲਬ ਕਿ ਲੋਕਾਂ ਦਾ ਬਚਾਅ ਹੋ ਸਕੇ, ਨੁਕਸਾਨ ਨਾ ਹੋਵੇ, ਅਤੇ ਬਾਕੀ ਵਾਤਾਵਰਨ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਠੀਕ ਹੈ ਜੀ, ਧੰਨਵਾਦ ਜੀ। ਇਹ ਸੀ ਗੱਲ ਬਾਕੀ ਸਰਦਾਰ ਜੀ ਜਿਹੜੇ ਤੁਸੀਂ ਦੇਖਿਆ ਸਪੈਸ਼ਲ ਆਪਣੇ ਬੇਟੇ ਵਾਸਤੇ। ਹਾਂਜੀ ਹਾਂਜੀ, ਤੁਹਾਨੂੰ ਆਖਣਾ ਚਾਹੁੰਦਾ ਕਿ ਅੱਜ ਤੋਂ ਤੁਸੀਂ 10-12 ਸਾਲ ਦੇਖੋ, ਪਹਿਲੇ ਅਸੀਂ ਦੇਖਦੇ ਸ਼ਹਿਰ ਦੇ ਵਿੱਚ ਹਰ ਇੱਕ ਕੋਨੇ ਦੇ ਵਿੱਚ ਅੱਡੇ ਲੱਗਦੇ ਹੁੰਦੇ ਸੀ, ਬਸ ਇਹੀ ਹੁਣ 3 ਕੁ ਅੱਡੇ ਬਚੇ ਨੇ ਅੱਗੇ ਪਿੱਛੇ, ਅਤੇ ਉਹੀ ਬਸ ਹੁਣ ਮਤਲਬ ਕਿ ਲਗਾ ਰਹੇ। ਇਹਨਾਂ ਨੂੰ ਉਮੀਦ ਹੈਗੀ ਆ ਕਿ ਆਉਣ ਵਾਲੇ ਸਮੇਂ ਅਗਰ ਸਰਕਾਰ ਸਖਤਾਈ ਕਰਦੀ ਹੈ, ਸਾਡਾ ਕਾਰੋਬਾਰ ਵਧੇਗਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਸਰਦਾਰ ਜੀ ਆਪਣੇ ਬੱਚਿਆਂ ਵਾਸਤੇ ਸਪੈਸ਼ਲ ਚਰੱਖੜੀ ਜਿਹੜਾ ਕਿ ਪਿੰਨਾਂ ਲੈ ਕੇ ਆਏ ਨੇ, ਅਤੇ ਪਿੰਨਾਂ ਵੀ ਜਿਹੜਾ ਕਿ ਬੜਾ ਵਧੀਆ ਤੁਸੀਂ ਦੇਖ ਸਕਦੇ ਹੋ, ਅਤੇ ਡੋਰ ਜਿਹੜੀ ਇਹਨਾਂ ਦੇ ਹੱਥ ਦੀ ਲੱਗੀ ਹੋਈ ਬਹੁਤ ਮਸ਼ਹੂਰ ਆ। ਇਸ ਕਰਕੇ ਸਾਡੀ ਦਰਸ਼ਕਾਂ ਨੂੰ ਅਪੀਲ ਆ ਆਪਣੇ ਤੁਸੀਂ ਬੱਚਿਆਂ ਵਾਸਤੇ ਹਮੇਸ਼ਾ ਜਿਹੜੀ ਕਿ ਡੋਰ ਲੈ ਕੇ ਆਓ, ਖਾਸ ਕਰਕੇ ਧਾਗੇ ਵਾਲੀ, ਜਿੰਨਾ ਕਿ ਅਸਲ ਜਿਹੜੀ ਕਿ ਲੋਹੜੀ ਮਨਾਈ ਜਾਵੇ। ਇਹ ਨਹੀਂ ਕਿ ਤੁਸੀਂ ਇਹਨਾਂ ਬੱਚਿਆਂ ਵਾਸਤੇ ਆਪਣੇ ਵਾਸਤੇ ਚਾਈਨਾ ਡੋਰ ਲੈ ਕੇ ਜਾਓ, ਕਿੰਨੇ ਕਿੰਨੇ ਜਿਹੜੀ ਕਿ ਮੌਤ ਜਿਹੜੀ ਆ ਘਾਤਕ ਆ, ਇਸ ਕਰਕੇ ਕਿੰਨੇ ਕਿੰਨੇ ਹਾਦਸੇ ਜਿਹੜੇ ਹੋ ਜਾਂਦੇ ਨੇ। ਇਸ ਕਰਕੇ ਸਾਡੀ ਦਰਸ਼ਕਾਂ ਨੂੰ ਅਪੀਲ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਕਿ ਜਿਹੜੇ ਕਿ ਤੁਹਾਡੇ ਬੱਚੇ ਜੇਕਰ ਚਾਈਨਾ ਡੋਰ ਦੀ ਮੰਗ ਕਰਦੇ ਹੋ, ਉਹਨਾਂ ਨੂੰ ਚਾਈਨਾ ਡੋਰ ਦੀ ਬਜਾਏ ਤੁਸੀਂ ਅਸਲ ਧਾਗੇ ਦੀ ਡੋਰ ਲੈ ਕੇ ਦਿਓ, ਕਿਉਂਕਿ ਜਿਹੜਾ ਲੋਹੜੀ ਦਾ ਤਿਉਹਾਰ ਆ, ਅਸਲ ਪਤੰਗਬਾਜ਼ੀ ਕਰਨਾ ਜਿਹੜਾ ਉਹ ਇਸ ਧਾਗੇ ਦੀ ਡੋਰ ਨਾਲ ਹੀ ਮਜ਼ਾ ਆਉਂਦਾ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅੰਮ੍ਰਿਤਸਰ ਤੋਂ।